ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਗਾਣ ਦੇ ਲਈ ਉਹ ਤਿਆਰ ਬਰ ਤਿਆਰ ਰਹਿੰਦੇ ਹਨ, ਸੋ ਉਹਨਾਂ ਸਾਰਿਆਂ ਜੱਥਿਆਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਗੁਰਦੁਆਰਾ ਦੀਵਾਨ ਸਥਾਨ ਨੌਜਵਾਨ ਸਭਾ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਜਸੀ ਜੀ, ਤੁਹਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਸੇਵਾ ਨਿਭਾਈ ਜਾਂਦੀ ਹੈ ਲੰਗਰ ਦੀ, ਇਸ ਵਾਰ ਵੀ ਦੇਖਣ ਨੂੰ ਮਿਲਿਆ ਕਿਹੜੀ ਲੰਗਰ ਸੇਵਾ ਉਹ ਨਿਭਾਈ ਜਾ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਦੁਆਰਾ ਦੀਵਾਨ ਸਥਾਨ ਨੌਜਵਾਨ ਸਭਾ, ਇਹ ਆਏ ਸਾਲ ਹਰ ਗੁਰਪੁਰਬ 'ਤੇ ਹਰ ਵਿਸ਼ਾਲ ਜਲੰਧਰ ਸ਼ਹਿਰ ਦੇ ਜਿਹੜੇ ਵਿਸ਼ਾਲ ਨਗਰ ਕੀਰਤਨ ਸਾਡੇ ਇਸ ਦੁਆਬੇ ਦੇ ਕੇਂਦਰੀ ਸਥਾਨ ਤੋਂ ਸਜਾਏ ਜਾਂਦੇ ਹਨ। ਗੁਰਦੁਆਰਾ ਦੀਵਾਨ ਸਥਾਨ ਨੌਜਵਾਨ ਸਭਾ ਅਤੇ ਦਸ਼ਮੇਸ਼ ਸੇਵਕ ਸਭਾ, ਇਹ ਦੋਵੇਂ ਸੇਵਕ ਜਿਹੜੇ ਸਭਾਵਾਂ ਦੇ ਨੌਜਵਾਨ ਸਾਰੇ ਰਲ ਕੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ, ਫੁੱਲਾਂ ਦੀ ਸੇਵਾ ਹੋ ਜਾਵੇ, ਚਾਹੇ ਉਹ ਸੇਵਾ ਕਰਦੇ ਆ ਰਸਤੇ ਦੇ ਵਿੱਚ ਸਫਾਈ ਦੇ ਬਰੱਸ਼ਾਂ ਦੀ ਹੋ ਜਾਵੇ, ਚਾਹੇ ਕਿਤੇ ਲੰਗਰ ਲਗਾਉਣ ਦੀ ਸੇਵਾ ਹੋਵੇ, ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਥਾਨ ਦੇ ਨਾਲ ਸਾਡੀਆਂ ਦੋਵੇਂ ਸਭਾਵਾਂ ਪੂਰੀਆਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ। ਦੇਖਣ ਨੂੰ ਮਿਲਿਆ ਸਾਰੇ ਨੌਜਵਾਨ, ਛੋਟੇ ਤੋਂ ਛੋਟਾ ਬੱਚਾ ਵੀ ਕਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਲੰਗਰ ਦੀ ਕਿਹੜੀ ਸੇਵਾ ਨਿਭਾ ਰਿਹਾ? ਸਾਡਾ ਮੇਨ ਏਮ ਇਹੀ ਹੈ, ਨਿਮਰਤਾ ਦੇ ਨਾਲ ਹਰ ਇੱਕ ਨੂੰ ਆਪਣੇ ਨਾਲ ਲੈ ਕੇ, ਹਰ ਇੱਕ ਨੂੰ ਅੱਗੇ ਲੈ ਕੇ ਨਾਲ ਜੋੜ ਕੇ, ਉਹਦਾ ਪੂਰਾ ਮਾਣ ਸਤਿਕਾਰ ਕਰਕੇ ਉਹਨੂੰ ਅੱਗੇ ਤੱਕ ਨਾਲ ਲਿਜਾਈਦਾ। ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਨੌਜਵਾਨ ਸਭਾ ਦੇ ਨਾਲ, ਤੁਹਾਨੂੰ ਦੱਸ ਦਈਏ ਜੋ ਲੰਗਰ ਜ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਬਣਾਏ ਜਾ ਰਹੇ ਨੇ, ਤੁਸੀਂ ਦੇਖ ਦਿਓ ਤਸਵੀਰ, ਪ੍ਰਕਾਸ਼ ਦਿਹਾੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ। ਸੁਨੀਲ ਮਹਾਜਨ, ਜਗਬਾਣੀ TV, ਜਲੰਧਰ। ਗਾਣ ਦੇ ਲਈ ਉਹ ਤਿਆਰ ਬਰ ਤਿਆਰ ਰਹਿੰਦੇ ਹਨ, ਸੋ ਉਹਨਾਂ ਸਾਰਿਆਂ ਜੱਥਿਆਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਗੁਰਦੁਆਰਾ ਦੀਵਾਨ ਸਥਾਨ ਨੌਜਵਾਨ ਸਭਾ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਜਸੀ ਜੀ, ਤੁਹਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਸੇਵਾ ਨਿਭਾਈ ਜਾਂਦੀ ਹੈ ਲੰਗਰ ਦੀ, ਇਸ ਵਾਰ ਵੀ ਦੇਖਣ ਨੂੰ ਮਿਲਿਆ ਕਿਹੜੀ ਲੰਗਰ ਸੇਵਾ ਉਹ ਨਿਭਾਈ ਜਾ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਦੁਆਰਾ ਦੀਵਾਨ ਸਥਾਨ ਨੌਜਵਾਨ ਸਭਾ, ਇਹ ਆਏ ਸਾਲ ਹਰ ਗੁਰਪੁਰਬ 'ਤੇ ਹਰ ਵਿਸ਼ਾਲ ਜਲੰਧਰ ਸ਼ਹਿਰ ਦੇ ਜਿਹੜੇ ਵਿਸ਼ਾਲ ਨਗਰ ਕੀਰਤਨ ਸਾਡੇ ਇਸ ਦੁਆਬੇ ਦੇ ਕੇਂਦਰੀ ਸਥਾਨ ਤੋਂ ਸਜਾਏ ਜਾਂਦੇ ਹਨ। ਗੁਰਦੁਆਰਾ ਦੀਵਾਨ ਸਥਾਨ ਨੌਜਵਾਨ ਸਭਾ ਅਤੇ ਦਸ਼ਮੇਸ਼ ਸੇਵਕ ਸਭਾ, ਇਹ ਦੋਵੇਂ ਸੇਵਕ ਜਿਹੜੇ ਸਭਾਵਾਂ ਦੇ ਨੌਜਵਾਨ ਸਾਰੇ ਰਲ ਕੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ, ਫੁੱਲਾਂ ਦੀ ਸੇਵਾ ਹੋ ਜਾਵੇ, ਚਾਹੇ ਉਹ ਸੇਵਾ ਕਰਦੇ ਆ ਰਸਤੇ ਦੇ ਵਿੱਚ ਸਫਾਈ ਦੇ ਬਰੱਸ਼ਾਂ ਦੀ ਹੋ ਜਾਵੇ, ਚਾਹੇ ਕਿਤੇ ਲੰਗਰ ਲਗਾਉਣ ਦੀ ਸੇਵਾ ਹੋਵੇ, ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਥਾਨ ਦੇ ਨਾਲ ਸਾਡੀਆਂ ਦੋਵੇਂ ਸਭਾਵਾਂ ਪੂਰੀਆਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ। ਦੇਖਣ ਨੂੰ ਮਿਲਿਆ ਸਾਰੇ ਨੌਜਵਾਨ, ਛੋਟੇ ਤੋਂ ਛੋਟਾ ਬੱਚਾ ਵੀ ਕਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਲੰਗਰ ਦੀ ਕਿਹੜੀ ਸੇਵਾ ਨਿਭਾ ਰਿਹਾ? ਸਾਡਾ ਮੇਨ ਏਮ ਇਹੀ ਹੈ, ਨਿਮਰਤਾ ਦੇ ਨਾਲ ਹਰ ਇੱਕ ਨੂੰ ਆਪਣੇ ਨਾਲ ਲੈ ਕੇ, ਹਰ ਇੱਕ ਨੂੰ ਅੱਗੇ ਲੈ ਕੇ ਨਾਲ ਜੋੜ ਕੇ, ਉਹਦਾ ਪੂਰਾ ਮਾਣ ਸਤਿਕਾਰ ਕਰਕੇ ਉਹਨੂੰ ਅੱਗੇ ਤੱਕ ਨਾਲ ਲਿਜਾਈਦਾ। ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਨੌਜਵਾਨ ਸਭਾ ਦੇ ਨਾਲ, ਤੁਹਾਨੂੰ ਦੱਸ ਦਈਏ ਜੋ ਲੰਗਰ ਜ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਬਣਾਏ ਜਾ ਰਹੇ ਨੇ, ਤੁਸੀਂ ਦੇਖ ਦਿਓ ਤਸਵੀਰ, ਪ੍ਰਕਾਸ਼ ਦਿਹਾੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ। ਸੁਨੀਲ ਮਹਾਜਨ, ਜਗਬਾਣੀ TV, ਜਲੰਧਰ।